18 ਨਵੰਬਰ ਨੂੰ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਦੇ ਵਿੱਚ ਹੋਏ ਬੰਬ ਧਮਾਕੇ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਦੂਸਰੇ ਆਰੋਪੀ ਅਵਤਾਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਹਦੇ ਬਾਰੇ ਖੁਦ DGP ਸੁਰੇਸ਼ ਅਰੋੜਾ ਵੱਲੋਂ ਜਾਣਕਾਰੀ ਦਿੱਤੀ ਗਈ। ਇਹਨਾਂ ਨਾਲ ਗੱਲ ਕਰਦੇ ਹਾਂ। DGP ਸਾਹਿਬ, ਇਹ ਕਿੱਥੋਂ ਫੜਿਆ ਗਿਆ ਅਤੇ ਕਿਸ ਤਰੀਕੇ ਨਾਲ ਫੜਿਆ ਗਿਆ? ਇਹ ਕਿੱਥੋਂ ਫੜਿਆ ਗਿਆ ਅਵਤਾਰ ਸਿੰਘ? ਵੀ ਹੈਵ ਆਰ IG ਔਰ SSP ਵਿਦ ਅਸ, ਹੀ ਦੇ ਵਿਲ ਗਿਵ ਯੂ ਡਿਟੇਲਸ ਅਬਾਊਟ ਦਿਸ। ਤੇ ਕਿੰਨੀ ਵੱਡੀ ਕਾਮਯਾਬੀ ਤੁਸੀਂ ਮੰਨਦੇ ਹੋ, ਕਿਉਂਕਿ ISI ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ISI ਦਾ ਹੱਥ ਹੈ ਇਹਦੇ ਵਿੱਚ, ਜਿਹੜੇ ਇਸ ਤਰੀਕੇ ਦੇ ਇਸ਼ੂਜ਼ ਹੁੰਦੇ ਆ, ਵੀ ਡੋਨਟ ਟੇਕ ਇਟ ਕਿ ਵੀ ਬੜੀ ਕਾਮਯਾਬੀ ਵਾਲੀ ਗੱਲ ਹੈ। ਇਟਸ ਅਨਫੋਰਚੁਨੇਟ, ਯੂ ਨੋ, ਸਰਟਨ ਲਾਈਵਸ ਹੈਵ ਬੀਨ ਲੋਸਟ ਐਂਡ ਆਈ ਵਿਸ਼ ਕਿ ਵੀ ਇਸ ਤਰੀਕੇ ਦੇ ਇਨੋਸੈਂਟ ਲੋਕਾਂ ਦਾ ਨੁਕਸਾਨ ਨਾ ਹੋਵੇ ਜੀ। ਤੇ ਸਰ, ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਜੋ ਦੌਰ ਪਹਿਲਾਂ ਸੀਗਾ, ਉਹ ਦੌਰ ਵਾਪਸ ਆਉਣ ਦੀ ਤਰਫ ਪੰਜਾਬ ਨੂੰ ਅੱਗੇ ਵਧਾ ਰਿਹਾ ਹੈ? ਇਹ ਸਾਰੀ ਐਬਸੋਲਿਊਟ ਨਾਟ, ਆਈ ਡੋਂਟ ਥਿੰਕ ਕਿ ਬਈ ਕੋਈ ਪੁਰਾਣੇ ਦੌਰ ਦੀ ਕੋਈ ਸ਼ੁਰੂਆਤ ਵਾਲੀ ਐਸੀ ਗੱਲ ਹੈ। ਸਰ, ਦਿਸ ਨਥਿੰਗ ਆਫ ਦੈਟ ਸੋਰਟ ਜੀ। ਤੇ ਜਿਹੜੀ ਮਕਸੂਦਾ ਦੇ ਵਿੱਚ ਘਟਨਾ ਹੋਈ ਸੀ ਜਾਂ ਜਿਹੜੀ ਹੁਣ ਘਟਨਾ ਹੋਈ ਹੈ, ਕੀ ਕਿਤੇ ਨਾ ਕਿਤੇ ਸਿਮਿਲੈਰਿਟੀ ਤੁਸੀਂ ਮੰਨਦੇ ਹੋ ਕਿ ਹੈਗੀ ਦੋਨਾਂ ਦੇ ਵਿੱਚ? ਸਿਮਿਲੈਰਿਟੀ ਤਾਂ ਮੇਨ ਇਹੀ ਹੈ ਕਿ ਵੀ ਟੈਰਿਸਟ ਐਕਟ ਔਰ ਗ੍ਰਨੇਡ ਅਟੈਕ ਹੈ, ਸੋ ਦੈਟਸ ਆ ਸਿਮਿਲੈਰਿਟੀ। ਤੇ ਇਹ ਅਵਤਾਰ ਸਿੰਘ ਜਦੋਂ ਫੜਿਆ ਗਿਆ, ਕਿ ਬਿਕਰਮ ਦੀ ਨਿਸ਼ਾਨਦੇਹੀ 'ਤੇ ਇਸ ਨੂੰ ਫੜਿਆ ਗਿਆ? ਇਹ ਲੋਕਲ ਪੁਲਿਸ ਨੇ ਦੇਖੋ ਜਿਹੜੀ ਪੁੱਛਗਿੱਛ ਕੀਤੀ ਹੈ, ਜੋ ਉੱਥੋਂ ਲੀਡਸ ਮਿਲਦੀਆਂ ਉਸ ਬੇਸਿਸ ਦੇ ਉੱਤੇ ਫਿਰ ਉਹਨਾਂ ਨੇ ਅੱਗੇ ਕਾਰਵਾਈ ਕੀਤੀ। ਧੰਨਵਾਦ। ਬਿਲਕੁਲ, ਤੁਸੀਂ ਸੁਣਿਆ ਹੈ DGP ਸੁਰੇਸ਼ ਅਰੋੜਾ ਤੋਂ। ਅਸੀਂ ਸਾਡੇ ਨਾਲ SSP ਹੈਗੇ, ਇਹਨਾਂ ਨਾਲ ਗੱਲ ਕਰਦੇ ਹਾਂ। ਸਰ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਸ ਤਰੀਕੇ ਨਾਲ ਅਵਤਾਰ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ, ਕਿਸ ਤਰੀਕੇ ਨਾਲ? ਅਵਤਾਰ ਸਿੰਘ ਜਿਹੜਾ ਸੀਗਾ, ਇਹ ਜਿਹੜੀ ਮੋਟਰ ਤੋਂ ਫੜਿਆ ਗਿਆ, ਇਹਦਾ ਮਾਸੜੀ ਹੈਗਾ ਤਰਲੋਕ ਸਿੰਘ ਨਿਹੰਗ, ਇਹ ਉਹਨੂੰ ਬਹੁਤ ਮੰਨਦਾ। ਇਹ ਆਪਣੇ ਰਿਸ਼ਤੇਦਾਰ ਇਹਨਾਂ ਦੇ ਰਹਿੰਦੇ ਇਸੇ ਸਾਰੇ ਏਰੀਏ ਦੇ ਵਿੱਚ। ਇਹ ਕਦੀ ਕਿਸੇ ਦੀ ਮੋਟਰ 'ਤੇ ਚਲੇ ਜਾਂਦੇ ਸੀ, ਕਦੀ ਕਿਸੇ ਦੀ ਮੋਟਰ 'ਤੇ ਚਲੇ ਜਾਂਦੇ। ਇਹ ਅੱਗੇ ਵੀ ਇਨਫੋਰਮੇਸ਼ਨ ਆਈ ਸੀ, ਬਟ ਵੀ ਮਿਸਡ, ਹੈ ਨਾ। ਇਸ ਟਾਈਮ ਇਹ ਪੱਕੀ ਇਨਫੋਰਮੇਸ਼ਨ ਆ ਗਈ ਵੀ ਬਾਹਰ ਨਹੀਂ ਨਿਕਲਿਆ, ਇਹ ਮੋਟਰ 'ਤੇ ਹੈਗਾ, ਮੋਟਰ 'ਤੇ ਰੇਡ ਕਰੋਗੇ ਫੜਿਆ ਜਾਏਗਾ। ਅਤੇ ਫਿਰ ਇਹਦੀ ਮੋਟਰ 'ਤੇ ਰੇਡ ਕੀਤੀ, ਫਿਰ ਉੱਥੇ ਉਹਨੂੰ ਫੜਿਆ। ਦੂਜੀ ਭੂਆ ਦੇ ਜ਼ਮੀਨ ਦੇ ਬਾਹਰ ਇਹਨੇ ਵੈਪਨ ਦੱਬੇ ਹੋਏ ਸੀਗੇ, ਉਹ ਵੀ ਭੂਆ ਉੱਥੇ ਰਹਿੰਦੀ ਹੈ, ਫਿਰ ਉੱਥੇ ਰੇਡ ਕੀਤੀ, ਫਿਰ ਉੱਥੋਂ ਵੈਪਨ ਕਵਰ। ਪ੍ਰਭਾ ਜੀ, ਅਗਰ ਗੱਲ ਕਰੀਏ ਤਾਂ ਬਿਕਰਮਜੀਤ ਨੂੰ ਜਦੋਂ ਫੜਿਆ, ਤਾਂ ਉਸ ਤੋਂ ਬਾਅਦ ਉਹਦੇ ਘਰ ਵਾਲਿਆਂ ਵੱਲੋਂ ਕਾਫੀ ਐਲੀਗੇਸ਼ਨ ਲਗਾਏ ਗਏ ਕਿ ਇਹ ਨਜਾਇਜ਼ ਤੌਰ 'ਤੇ ਉਹਨਾਂ ਦੇ ਮੁੰਡਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਮੈਂ ਬਿਕਰਮਜੀਤ ਦੀ ਮਦਰ ਨੂੰ ਅਤੇ ਸਾਰੀ ਪ੍ਰੈਸ ਨੂੰ ਪੁਲਿਸ ਸਟੇਸ਼ਨ ਬੁਲਾ ਕੇ ਮਲਾਤਾ ਵੀ ਤੁਸੀਂ ਆਪ ਹੀ ਪੁੱਛ ਲਓ। ਅਸੀਂ ਥੋੜ੍ਹਾ ਜਿਹਾ ਪਰਮਜੀਤ ਜੀ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ, ਜਦੋਂ ਇਹ ਘਟਨਾ ਹੋਈ ਹੈ, ਕਿ ਇਹ ਨਿਸ਼ਾਨਦੇਹੀ ਪਰ ਜਿਹੜੀ ਬਿਕਰਮ ਹੈ ਉਹਦੀ ਨਿਸ਼ਾਨਦੇਹੀ 'ਤੇ ਹੀ ਸਾਡੀ ਸਰਚ ਕੀਤੀ ਗਈ? ਬਿਲਕੁਲ, ਉਹਦੀ ਪਹਿਲਾਂ ਉਹਨੂੰ ਫੜਿਆ ਗਿਆ, ਉਹ 'ਚ ਨੋਮੀਨੇਟ ਕਰਕੇ ਉਹ ਤੋਂ ਗੱਲ ਸਾਹਮਣੇ ਉਤਾਰ ਦੀ ਆਈ, ਫਿਰ ਫੜਿਆ। ਧੰਨਵਾਦ। ਬਿਲਕੁਲ, ਤੁਸੀਂ ਸੁਣਿਆ SSP ਜਿਹੜੇ ਪਰਮਪਾਲ ਸਿੰਘ ਜੀ ਹੈਗੇ, ਉਹਨਾਂ ਵੱਲੋਂ ਸਾਫ ਦੱਸਿਆ ਗਿਆ ਹੈ, ਅਤੇ ਨਾਲ DGP ਸੁਰੇਸ਼ ਅਰੋੜਾ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਅਵਤਾਰ ਸਿੰਘ ਫੜਿਆ ਗਿਆ, ਇਹ ਬਿਕਰਮ ਦੀ ਨਿਸ਼ਾਨਦੇਹੀ 'ਤੇ ਹੀ ਫੜਿਆ ਗਿਆ। ਇਹਨਾਂ ਕੋਲ ਕੁਝ ਕਲੂ ਸੀਗੇ, ਉਸ ਕਲੂ ਨੂੰ ਦੇ ਹੀ ਉੱਤੇ ਪੁਲਿਸ ਨੇ ਜਦੋਂ ਛਾਨਬੀਨ ਕੀਤੀ ਹੈ, ਤਾਂ ਉਸ ਤੋਂ ਬਾਅਦ ਹੀ ਇਹ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।